ਮਾਲਵਾ ਬਰਡਲੀ ਚੈਨਲ ਤੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰੇ ਹੀ ਛੋਟੇ ਵੱਡੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਵੀਡੀਓ ਬਹੁਤ ਹੀ ਮਹੱਤਵਪੂਰਨ ਰਹਿਣ ਵਾਲੀ ਹੈ ਤੇ ਖੁਸ਼ੀ ਦੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੈ, ਹੁਣ ਭਰਤੀਆਂ ਦਾ ਦੌਰ ਚੱਲ ਰਿਹਾ ਹੈ। ਪੰਜਾਬ ਪੁਲਿਸ ਵੱਲੋਂ ਕਾਂਸਟੇਬਲ ਭਰਤੀ ਦੀ ਐਡਵਰਟੀਜ਼ਮੈਂਟ ਜਿਹੜੀ ਹੈਗੀ ਹੈ ਆਲਰੇਡੀ ਅਨਾਉਂਸ ਕਰ ਦਿੱਤੀ ਗਈ ਹੈ। ਬਟ ਬਹੁਤ ਸਾਰੇ ਬੱਚੇ ਹੁਣ ਸਬ ਇੰਸਪੈਕਟਰ ਭਰਤੀ ਦੀ ਵੇਟ ਕਰ ਰਹੇ ਸੀ। ਬਟ ਉਹ ਹੁਣ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਵਾਂ ਕਿ ਬਹੁਤ ਹੀ ਖੁਸ਼ੀ ਦੀ ਜਾਣਕਾਰੀ ਤੁਹਾਡੇ ਲਈ ਹੁਣ ਲੈ ਕੇ ਆਇਆ। ਠੀਕ ਹੈ, ਸਬ ਇੰਸਪੈਕਟਰ ਦੀ ਭਰਤੀ ਨੂੰ ਇੱਕ ਵਾਰ ਭੁੱਲ ਜਾਓ, ਤੁਹਾਡੇ ਲਈ ਲੈ ਕੇ ਆਏ ਆ ASI ਦੀ ਭਰਤੀ, ਜਿਸ ਦੇ ਬਾਰੇ ਸਾਨੂੰ ਇੱਕ ਵੇਰਵਾ ਪਹੁੰਚਿਆ। ਸੋ ਅੱਜ ਦੀ ਵੀਡੀਓ ਵਿੱਚ ਉਸ ਬਾਰੇ ਕਲੀਅਰ ਕਰਨ ਜਾ ਰਹੇ ਹਾਂ, ਤਾਂ ਕਿ ਬਹੁਤ ਸਾਰੇ ਭੈਣ ਭਰਾ ਜਿਹੜੇ ਸਬ ਇੰਸਪੈਕਟਰ ਦੀ ਭਰਤੀ ਦਾ ਇੰਤਜ਼ਾਰ ਕਰ ਰਹੇ ਸੀ, ਉਹ ਹੁਣ ਇੱਕ ਵਾਰ ਇਸ ਨੂੰ ਭੁੱਲ ਜਾਓ ਤੇ ਹੁਣ ASI ਭਰਤੀ ਦੀ ਤਿਆਰੀ ਕਰਨੀ ਸ਼ੁਰੂ ਕਰ ਦਿਓ। ਉਹ ਤੁਹਾਨੂੰ ਹੁਣੇ ਪਤਾ ਲੱਗ ਜਾਵੇਗਾ। ਸੋ ਦੋਸਤੋ, ਗੱਲ ਇਦਾਂ ਹੈ ਵੀ ਅੱਜ ਆਪਣੇ ਕੋਲ ਇੱਕ ਅਪਡੇਟ ਪਹੁੰਚੀ ਹੈ, ਜਿਵੇਂ ਕਿ ਸਬ ਇੰਸਪੈਕਟਰ ਦੀ ਭਰਤੀ ਜਿਹੜੀ ਹੈਗੀ ਹੈ ਥੋੜੀ ਜਿਹੀ ਦੇਰ ਨਾਲ ਆਵੇਗੀ, ਤੇ ਉਸ ਦੇ ਬਜਾਏ ਹੁਣ ASI ਦੀ ਭਰਤੀ ਕਰਾਈ ਜਾਵੇਗੀ, ਜਿਹੜੀ ਕਿ ਆਪਣੇ 1450 ਵਿੱਚ ਬੋਲਿਆ ਗਿਆ ਸੀਗਾ। 500 ਜਿਹੜੇ ਕੈਂਡੀਡੇਟਸ ਹੈ, ਮਤਲਬ 500 ਵੈਕੈਂਸੀਜ਼ ਰੱਖੀਆਂ ਜਾਣਗੀਆਂ। ਸੋ ਉਸ ਦੇ ਬਾਰੇ ਆਪਣੇ ਕੋਲ ਵੇਰਵਾ ਆਇਆ। ਸੋ ਬਹੁਤ ਸਾਰੇ ਬੱਚਿਆਂ ਨੂੰ ਜਿਵੇਂ ਕਿ ਪਤਾ ਹੀ ਹੈ ਵੀ ਜਿਹੜੀ ਸਬ ਇੰਸਪੈਕਟਰ ਤੇ ASI ਭਰਤੀ ਲਗਭਗ ਸਿਮਿਲਰ ਹੈ, ਇੱਕੋ ਕੁਆਲੀਫਿਕੇਸ਼ਨ ਮੰਗੀ ਜਾਂਦੀ ਹੈ ਤੇ ਬਸ ਥੋੜਾ ਬਹੁਤਾ ਚੇਂਜਸ ਹੁੰਦੀਆਂ, ਉਹ ਜਿਹੜੀ ਆਪਾਂ ਹੁਣ ਤੁਹਾਨੂੰ ਕਲੀਅਰ ਕਰ ਦਿੰਦੇ ਹਾਂ। ਸਾਰੀ ਨੋਟੀਫਿਕੇਸ਼ਨ ਇੱਕ ਵਾਰੀ ਆਪਾਂ ਸਬ ਇੰਸਪੈਕਟਰ ਦੀ ਨੋਟੀਫਿਕੇਸ਼ਨ ਦੇ ਜ਼ਰੀਏ ਤੁਹਾਨੂੰ ਦੱਸ ਦਾਂਗੇ, ਤਾਂ ਕਿ ਤੁਸੀਂ ਆਲਰੇਡੀ ਆਪਣੇ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਕੰਪਲੀਟ ਕਰ ਸਕੋ। ਠੀਕ ਹੈ ਜੀ। ਸੋ ਇੱਕ ਵਾਰੀ ਮੈਂ ਐਡਵਰਟਾਈਜ਼ਮੈਂਟ ਸਬ ਇੰਸਪੈਕਟਰ ਦੀ ਖੋਲੀ ਹੈ ਤੇ ਤੁਹਾਨੂੰ ਦੱਸ ਦਵਾਂ ਵੀ ASI ਦੀ ਭਰਤੀ ਹੁਣ ਇਸ ਸਾਲ ਤੁਹਾਨੂੰ ਵੇਖਣ ਨੂੰ ਮਿਲਣੀ ਹੈ। ਠੀਕ ਹੈ ਜੀ, ਕਿਉਂਕਿ ਕਾਰਨ ਇਹ ਹੈ, ਗਵਰਨਮੈਂਟ ਵੱਲੋਂ ਕਿਹਾ ਗਿਆ ਵੀ ASI ਦੀ ਸ਼ੋਰਟੇਜ ਬਹੁਤ ਚੱਲ ਰਹੀ ਹੈ। ਸੋ 2024 ਦੇ ਵਿੱਚ ਆਪਾਂ ਸਬ ਇੰਸਪੈਕਟਰ ਦੀ ਥਾਂ ASI-ਆਂ ਨੂੰ ਜ਼ਿਆਦਾ ਪਹਿਲਾਂ ਭਰਤੀ ਕਰਨਾ ਹੈ। ਸੋ ਇਸੇ ਕਰਕੇ ਇਸ ਦੀ ਭਰਤੀ ਤੁਹਾਨੂੰ ਹੁਣ ਵੇਖਣ ਨੂੰ ਮਿਲ ਸਕਦੀ ਹੈ। ਕਾਂਸਟੇਬਲ ਤੋਂ ਅਗਲੀ ਭਰਤੀ ASI ਦੀ ਹੈ। ਸੋ ਧਿਆਨ ਨਾਲ ਸੁਣ ਲਵੋ ਕੀ ਕੁਝ ਆਪਾਂ ਨੂੰ ਕ੍ਰਾਈਟੇਰੀਆ ਚਾਹੀਦਾ ਹੋਵੇਗਾ। ਠੀਕ ਹੈ ਜੀ। ਸੋ ਦੇਖੋ ਦੋਸਤੋ, ਸਭ ਤੋਂ ਪਹਿਲਾਂ ਇਸ ਦੀ ਤਨਖਾਹ 35,400 ਦੇ ਕਰੀਬ ਮੰਨੀ ਜਾਵੇਗੀ, ਜਿਹੜੀ 3 ਸਾਲ ਤਾਂ ਤੁਹਾਨੂੰ ਮਤਲਬ ਜਦੋਂ ਪ੍ਰੋਬੇਸ਼ਨ ਪੀਰੀਅਡ ਚੱਲਦਾ ਹੁੰਦਾ ਉਹ ਟ੍ਰੇਨਿੰਗ ਟਾਈਮ ਹੁੰਦਾ, ਜਾਂ ਫਿਰ ਤੁਸੀਂ ਮੰਨ ਲਵੋ ਉਹ ਟਾਈਮ ਹੁੰਦਾ ਜਿਸ ਦੇ ਦੌਰਾਨ ਤੁਸੀਂ ਰਿਜ਼ਾਈਨ ਵੀ ਦੇ ਸਕਦੇ ਹੋ, ਕੁਝ ਵੀ ਕਰ ਸਕਦੇ ਹੋ, ਤੁਹਾਡੀ ਡਿਪੈਂਡੈਂਸ ਹੈ ਵੀ ਜੇ ਤੁਸੀਂ ਕਹਿੰਦਾ ਭਾਵ ਭਰਤੀ ਨਹੀਂ ਨਿਭਾ ਸਕਦੇ, ਮਤਲਬ ਕਹਿੰਦਾ ਜੋ ਡਿਊਟੀ ਤੁਹਾਨੂੰ ਔਖੀ ਲੱਗਦੀ ਹੈ। ਠੀਕ ਹੈ, ਫਿਰ 35,400 ਜਿਹੜੀ ਬੇਸਿਕ ਪੇ ਹੈ, ਉਸ ਤੋਂ ਬਾਅਦ 3 ਸਾਲਾਂ ਬਾਅਦ ਜੋ ਤੁਸੀਂ ਪੱਕੇ ਹੋ ਜਾਂਦੇ ਹੋ, ਉਸ ਤੋਂ ਬਾਅਦ ਤੁਹਾਨੂੰ ਜਿਹੜੀ ਹੈਗੀ ਹੈ ਤਨਖਾਹ ਜਿਹੜੀ ਵਿਦ ਅਲਾਉਂਸ ਵਗੈਰਾ ਤੇ ਨਾਲ ਹੋਰ ਚੀਜ਼ਾਂ ਪੱਤੇ ਐਡ ਕਰਕੇ ਤੁਹਾਨੂੰ ਪ੍ਰੋਪਰ ਮਿਲ ਜਾਊਗੀ, ਜਿਹੜੀ ਕਿ 60-70 ਹਜ਼ਾਰ ਕਰੀਬ ਪਹੁੰਚ ਜਾਊਗੀ। ਠੀਕ ਹੈ ਜੀ। ਚਲੋ, ਇਹ ਤਨਖਾਹ ਦੀ ਗੱਲ ਸੀ। ਅਗਲੀ ਗੱਲ, ਨੈਸ਼ਨੈਲਿਟੀ, ਤੁਸੀਂ ਇੰਡੀਅਨ ਹੈਗੇ ਹੋ, ਐਲੀਜੀਬਿਲਿਟੀ ਤੁਹਾਨੂੰ ਪਤਾ ਏਜ ਕ੍ਰਾਈਟੇਰੀਆ ਕੀ ਹੈ, ਜੇਕਰ 1 ਜਨਵਰੀ 2024 ਤੋਂ ਪਹਿਲਾਂ 18 ਸਾਲਾਂ ਦੇ ਹੋ ਜਾਂਦੇ ਹੋ ਜਾਂ ਫਿਰ 28 ਸਾਲ ਦੇ ਹੈਗੇ ਹੋ ਤਾਂ ਡੈਫੀਨੇਟਲੀ ਤੁਸੀਂ ਇਸ ਭਰਤੀ ਨੂੰ ਭਰ ਸਕਦੇ ਹੋ। ਬਾਕੀ 5 ਸਾਲ ਦੀ ਰਿਜ਼ਰਵੇਸ਼ਨ ਕੈਟੇਗਰੀ ਨੂੰ ਰਿਲੈਕਸੇਸ਼ਨ ਹੈ, 3 ਸਾਲ ਦੀ ਐਕਸ ਸਰਵਿਸਮੈਨ ਕੈਟੇਗਰੀ ਨੂੰ ਤੇ 5 ਸਾਲ ਦੀ ਉਹਨਾਂ ਨੂੰ ਜਿਹੜੇ ਜੋਬ ਸੈਂਟਰਲ ਤੇ ਸਟੇਟ ਦੀ ਕਰਕੇ ਆਏ ਨੇ। ਠੀਕ ਹੈ ਜੀ। ਹੁਣ ਇਹ ਮੇਨ ਗੱਲ ਇਹ ਆ ਜਾਂਦੀ ਹੈ, ਹੁਣ ਬਹੁਤ ਸਾਰੇ ਬੱਚੇ ਕਹਿਣਗੇ ਵੀ ਸਰ ਤੁਸੀਂ ਸਬ ਇੰਸਪੈਕਟਰ ਦਾ ਮਤਲਬ ਕੀ ਕਾਹਤੋਂ ਐਡਵਰਟਾਈਜ਼ਮੈਂਟ ਚੱਕੀ ਹੈ। ਇਹ ਦੋਸਤੋ ਇਸ ਦੇ ਬਰਾਬਰ ਹੀ ਪੋਸਟ ਹੁੰਦੀ ਹੈ, ਬਸ ਇੱਕ ਤਾਰੇ ਦਾ ਫਰਕ ਹੁੰਦਾ ਤੇ ਉਸ ਤੋਂ ਬਾਅਦ ਮਤਲਬ ਪ੍ਰਮੋਸ਼ਨ ਹੋਣ ਤੋਂ ਬਾਅਦ ਤੁਸੀਂ ਸਿੱਧਾ ਸਬ ਇੰਸਪੈਕਟਰ ਹੀ ਬਣੋਗੇ ਜੇਕਰ ਤੁਸੀਂ ਕਹਿੰਦਾ ਭਾਵ ਇਸ ਭਰਤੀ ਰਾਹੀਂ ਜਾਂਦੇ ਹੋ। ਸੋ ਦੋਸਤੋ, ਜਿਹੜਾ ਇਹ ਮੈਂ ਹੈਗਾ ਪਿਛਲੇ ਸਾਲ ਦਾ ਚੱਕਿਆ ਹੋਇਆ, ਮਤਲਬ 2021 ਦਾ ਜਦੋਂ ਆਇਆ ਸੀਗਾ। ਜੇਕਰ ਡਿਸਟ੍ਰਿਕਟ ਕੈਡਰ ਜੇ ਆਮ ਕੈਡਰ ਦੀ ਆਵੇ ਤਾਂ 5 ਫੁੱਟ 7 ਇੰਚ ਮੇਲ ਕੈਂਡੀਡੇਟਸ ਦਾ ਕੱਦ ਮੰਗਿਆ ਜਾਊਗਾ ਤੇ ਹਨਾ, ਤੇ 5 ਫੁੱਟ 2 ਇੰਚ ਫੀਮੇਲਸ ਦਾ। ਜੇ ਇਨਵੈਸਟੀਗੇਸ਼ਨ ਤੇ ਇੰਟੈਲੀਜੈਂਸੀ ਕੈਡਰ ਦੀ ਆਈ ਤਾਂ 5-5 ਜਿਹੜਾ ਹੈਗਾ ਮੁੰਡਿਆਂ ਦਾ ਕੱਦ ਮੰਗਿਆ ਜਾਊਗਾ ਤੇ ਕੁੜੀਆਂ ਦਾ 5-1 ਕੱਦ। ਸੋ ਦੋਸਤੋ, ਬਹੁਤ ਵੱਡਾ ਫਰਕ ਹੁੰਦਾ ਕੈਡਰਾਂ ਦੇ ਹਿਸਾਬ ਨਾਲ। ਠੀਕ ਹੈ ਜੀ। ਸੋ ਇਸੇ ਕਰਕੇ ਭਰਤੀ ਹਮੇਸ਼ਾ ਦੇਖਿਆ ਕਰੋ, ਜੇਕਰ ਤੁਸੀਂ ਕੱਦ ਦੇ ਛੋਟੇ ਹੋ ਤੇ ਫਿਰ ਵੀ ਤੁਹਾਨੂੰ ਐਜੂਕੇਸ਼ਨ ਦੀ ਮਤਲਬ ਹੈਗੀ ਹੈ
ਮਤਲਬ ਵਧੀਆ ਪੜ੍ਹਾਈ ਕੀਤੀ ਹੈ ਤੁਸੀਂ, ਤਾਂ ਡੈਫੀਨੇਟਲੀ ਕੱਦ ਦਾ ਕਈਆਂ ਐਡਰਾਂ 'ਚ ਫਰਕ ਪੈਂਦਾ ਹੈ, ਠੀਕ ਹੈ? ਸੋ ਇਸ ਚੀਜ਼ ਦਾ ਧਿਆਨ ਰੱਖਿਆ ਕਰੋ। ਹੁਣ ਅੱਗੇ ਗੱਲ ਕੀ ਹੈ ਦੋਸਤੋ, ਉਹ ਤੁਹਾਨੂੰ ਪਤਾ ਹੈ 2 ਦਿਨ ਕੰਪਿਊਟਰ ਬੇਸਡ ਐਗਜ਼ਾਮ ਹੋਊਗਾ, ਠੀਕ ਹੈ ਜੀ? ਤਿੰਨ ਪਹਿਲੇ ਤਿੰਨ ਪਾਰਟਾਂ ਦਾ ਜਿਹੜਾ ਹੈਗਾ, ਤਿੰਨ ਸਬਜੈਕਟਾਂ ਦਾ ਪਹਿਲੇ ਦਿਨ, ਅਗਲੇ ਦਿਨ ਦੂਜੇ ਤਿੰਨ ਸਬਜੈਕਟਾਂ ਦਾ। ਬਾਕੀ ਉਵੇਂ ਹੀ ਤੁਹਾਡਾ ਡਾਕੂਮੈਂਟ ਸਕਰੀਨਿੰਗ, ਫਿਜ਼ੀਕਲ ਟ੍ਰਾਇਲ ਤੇ ਫਿਜ਼ੀਕਲ ਸਕਰੀਨਿੰਗ ਟੈਸਟ, ਜੇ ਮਤਲਬ ਕਹਿੰਦਾ ਵਾ ਤੁਹਾਡਾ ਪ੍ਰੋਪਰ ਦੇਖੇ ਜਾਓ, ਹਾਈਟ ਮੈਜ਼ਰਮੈਂਟ ਤੁਹਾਡਾ ਸਾਰਾ ਪ੍ਰੋਪਰ ਕ੍ਰਾਈਟੀਰੀਆ ਚੈੱਕ ਕੀਤਾ ਜਾਊ। ਬਾਕੀ ਸਿਲੇਬਸ ਬਿਲਕੁਲ ਸਿਮਿਲਰ ਹੈ, ਜਿਵੇਂ ਪਹਿਲਾਂ 50 ਕੁਐਸਚਨ ਜੀਕੇ ਦੇ, 30 ਕੁਐਸਚਨ ਮੈਥ ਦੇ ਤੇ 20 ਕੁਐਸਚਨ ਪੰਜਾਬੀ ਦੇ, ਫਿਰ ਉਵੇਂ 50 ਕੁਐਸਚਨ ਆਪਣੇ ਰੀਜਨਿੰਗ ਦੇ ਤੇ 30 ਕੁਐਸਚਨ ਕੰਪਿਊਟਰ ਦੇ ਤੇ 20 ਕੁਐਸਚਨ ਇੰਗਲਿਸ਼ ਦੇ। ਇਹ ਚੀਜ਼ਾਂ ਸਾਰੀਆਂ ਸਿਮਿਲਰ ਹੈ। ਬਾਕੀ ਮਤਲਬ ਜਿੰਨੀਆਂ ਵੀ ਹੁਣ ਅੱਜ ਕੱਲ੍ਹ ਭਰਤੀਆਂ ਚੱਲ ਰਹੀਆਂ, ਜਾਂ ਫਿਰ PSSB ਦੀ ਕਿਸੇ ਭਰਤੀ ਲਾ ਲਓ, ਜਾਂ ਫਿਰ ਪੰਜਾਬ ਪੁਲਿਸ ਦੀ, ਸਾਰਿਆਂ ਦਾ ਸਿਲੇਬਸ ਸਿਮਿਲਰ ਹੈ, ਠੀਕ ਹੈ ਜੀ? ਸੋ ਇਹ ਚੀਜ਼ਾਂ ਸਾਰੀਆਂ ਬਰਾਬਰ ਹੈ। ਨੈਗੇਟਿਵ ਮਾਰਕਿੰਗ ਉਵੇਂ ਹੀ ਹੈ, 25% ਉਹ ਮਿਲ ਕੇ ਲੈ ਮਾਰਕਸ ਤੁਹਾਡੇ ਕੱਟੇ ਜਾਣਗੇ, ਮਤਲਬ 4 ਨੰਬਰ ਤਾਂ ਜਾਣੇ ਹੀ ਜਾਣੇ, ਨਾਲ 1 ਨੰਬਰ ਹੋਰ ਜਾਇਆ ਜਾਊਗਾ, 5 ਨੰਬਰ ਕੱਟਿਆਂਗੇ ਜੇ 1 ਨੰਬਰ ਤੁਹਾਡਾ ਇੱਕ ਕੁਐਸਚਨ ਗਲਤ ਹੁੰਦਾ, ਠੀਕ ਹੈ ਜੀ? ਨੋਰਮਲਾਈਜੇਸ਼ਨ ਤੋਂ ਬਾਅਦ ਤੁਹਾਨੂੰ ਪਤਾ ਹੈ ਜੇ ਸੌਖੀ ਕਿਸੇ ਦੀ ਹੋਊਗੀ, ਮਤਲਬ ਕਿ ਕਹਿਣ ਦਾ ਭਾਵ ਉਹ ਸ਼ਿਫਟ ਤੇ ਸ਼ਿਫਟ ਦੇ ਵਿੱਚ ਸੌਖੀ ਹੋਗੀ ਤਾਂ ਨੰਬਰ ਘਟਣਗੇ, ਜੇ ਔਖੀ ਹੋਗੀ ਤਾਂ ਵਧਣਗੇ, ਕਿਉਂਕਿ ਤੁਹਾਨੂੰ ਪਤਾ ਹੈ ਪੇਪਰ ਦਾ ਇੱਕ ਲੈਵਲ ਸੈੱਟ ਕਰਨਾ ਹੁੰਦਾ, ਇਹ ਸਾਰਾ ਫਾਰਮੂਲੇ ਦੇ ਹਿਸਾਬ ਨਾਲ ਹੋ ਜਾਂਦਾ ਹੈ। ਬਾਕੀ ਦੋਸਤੋ ਫਿਜ਼ੀਕਲ ਟ੍ਰਾਇਲ ਬਿਲਕੁਲ ਸਬ ਇੰਸਪੈਕਟਰ ਦੀ ਤਰ੍ਹਾਂ ਹੀ ਹੈ ਵੀ 1600 ਮੀਟਰ ਆਪਾਂ 7 ਮਿੰਟ ਦੇ ਵਿੱਚ ਕੱਢਣੀ ਹੈ ਮੁੰਡਿਆਂ ਨੇ, ਤੇ ਕੁੜੀਆਂ ਨੇ 1400 ਮੀਟਰ ਜਿਹੜੀ ਕਿ 12.5 ਮਤਲਬ 12 ਮਿੰਟ ਦੇ ਵਿੱਚ, ਠੀਕ ਹੈ? ਬਾਕੀ ਮੁੰਡਿਆਂ ਦਾ ਹੈਗਾ ਲੌਂਗ ਜੰਪ ਜਿਹੜੀ ਹੈਗੀ ਹੈ 3 ਜਾਂ 3.5 ਮੀਟਰ ਹੈ, ਜਿਹੜੀ 3 ਚਾਂਸ ਹੈ। ਹਾਈ ਜੰਪ ਦੇ 1 ਮੀਟਰ 10 ਮਤਲਬ 1.10 ਮੀਟਰ 3 ਚਾਂਸ ਹੈ, ਠੀਕ ਹੈ ਜੀ? ਕੁੜੀਆਂ ਦਾ ਵੀ ਲੌਂਗ ਮੀਟਰ ਲੌਂਗ ਜਿਹੜੀ ਹੈਗੀ ਜੰਪ ਹੈਗੀ 3 ਮੀਟਰ ਹੈ, ਤੇ ਹਾਈ ਜੰਪ ਹੈਗੀ ਹੈ 1 ਮੀਟਰ ਲਗਭਗ ਲਾ ਲਓ। ਇਹ ਚੀਜ਼ਾਂ ਸਾਰੀਆਂ ਕ੍ਰਾਈਟੀਰੀਆ ਸਿਮਿਲਰ ਹੈ, ਠੀਕ ਹੈ? ਅਕੋਰਡਿੰਗ ਟੂ ਕੈਡਰ ਤੇ ਅਕੋਰਡਿੰਗ ਟੂ ਤੁਹਾਡੀ ਏਜ ਫੈਕਟਰ, ਜੇ 35 ਤੋਂ ਵੱਧ ਹੈ ਤਾਂ ਉਸਦਾ ਹੋਰ ਘੱਟ ਜਾਂਦਾ ਹੈ ਫਿਜ਼ੀਕਲ ਟ੍ਰਾਇਲ ਦੇ ਵਿੱਚ, ਮਤਲਬ ਕਿ ਜੋ ਵੀ ਕ੍ਰਾਈਟੀਰੀਆ ਉਹ ਤੁਸੀਂ ਦੇਖ ਸਕਦੇ ਹੋ। ਬਾਕੀ ਸਕਰੀਨਸ਼ਾਟ ਲੈ ਲਿਓ ਜੇ ਇਸ ਵੀਡੀਓ ਨੂੰ ਰੋਕ ਕੇ। ਬਾਕੀ ਦੋਸਤੋ ਸਿਮਿਲਰ ਚੀਜ਼ਾਂ ਉਹੀ ਹੈ ਜੋ ਵੀ ਚੀਜ਼ਾਂ ਹੈਗੀਆਂ, ਬਟ ਇਹ ਭਰਤੀ ਮੈਂ ਤੁਹਾਨੂੰ ਆਲਰੇਡੀ ਦੱਸ ਦਵਾਂ ਵੀ ਹੁਣ ਇਹ ਭਰਤੀ ਆਉਣ ਵਾਲੀ ਹੈ ESI ਦੀ। ਸਬ ਇੰਸਪੈਕਟਰ ਦੀ ਭਰਤੀ ਜਿਹੜੀ ਹੈਗੀ ਥੋੜੀ ਜਿਹੀ ਪੋਸਟਪੋਨ ਕੀਤੀ ਗਈ ਹੈ, ਆਪਣੇ ਕੋਲ ਇੰਨੀ ਇਨਫੋਰਮੇਸ਼ਨ ਪਹੁੰਚੀ ਹੈ, ਹੁਣ ਇਹ ਦੇਖੋ ਕੀ ਬਣਦਾ। ਮੇਰੇ ਕੋਲ ਤਾਂ ਇੰਨੀ ਆਈ, ਇਲੈਕਸ਼ਨਾਂ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਨੋਟਿਸ ਆ ਜਾਵੇਗਾ, ਜਿਵੇਂ ਕਾਂਸਟੇਬਲ ਦਾ ਤੁਹਾਡੇ ਕੋਲ ਪਹੁੰਚਿਆ, ਉਵੇਂ ਹੀ ਤੁਹਾਨੂੰ ਇਸ ਹਫਤੇ ਦੇ ਵਿੱਚ ਕਲੀਅਰ ਹੋ ਜਾਊਗਾ, ਜਾਂ ਫਿਰ ਕਹਿਣ ਦਾ ਭਾਵ ਅਗਲੇ 2 ਹਫਤਿਆਂ ਦੇ ਵਿੱਚ, ਠੀਕ ਹੈ ਜੀ? ਮੇਰੇ ਵੱਲੋਂ ਜਿੰਨੀ ਜਾਣਕਾਰੀ ਆਈ ਹੈ ਮੈਂ ਤੁਹਾਨੂੰ ਸ਼ੇਅਰ ਕਰ ਦਿੱਤੀ। ਹੁਣ ਜਿਹੜੇ ਭੈਣ ਭਰਾ ਨੇ ਸੋਚਿਆ ਹੋਇਆ ਸਪਨਾ ਵੀ ਆਪਾਂ ਵੱਡਾ ਰੈਂਕ ਲੈਣਾ, ਤਾਂ ESI ਦਾ ਰੈਂਕ ਦੀ ਭਰਤੀ ਆ ਰਹੀ ਹੈ, ਠੀਕ ਹੈ ਜੀ? ਉਸਨੂੰ ਕਰ ਲਈਓ। ਸੋ ਆਪਾਂ ਨੂੰ ਜਿਹੜੇ ਮੇਰੇ ਭੈਣ ਭਰਾ ਚਾਹੁੰਦੇ ਆ ਹੋਰ ਵੀ ਇਨਫੋਰਮੇਸ਼ਨ ਸਾਡੇ ਤੋਂ ਲੈਣਾ, ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਬੈਲ ਆਈਕਨ ਪ੍ਰੈਸ ਕਰ ਲਵੋ, ਕੋਈ ਵੀ ਨਵੀਂ ਇਨਫੋਰਮੇਸ਼ਨ ਆਉਂਦੀ ਹੈ ਤੁਹਾਡੇ ਤੱਕ ਜ਼ਰੂਰ ਐਡਵਾਂਸ ਦੇ ਵਿੱਚ ਸ਼ੇਅਰ ਕੀਤੀ ਜਾਊਗੀ। ਹੁਣ ਇਹ ਇਨਫੋਰਮੇਸ਼ਨ ਸੁਣ ਕੇ ਹੋਰ ਵੀ ਮੇਰੇ ਯੂਟਿਊਬਰ ਭੈਣ ਭਰਾ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਨਗੇ ਕਿਸੇ ਨਾ ਕਿਸੇ ਤਰੀਕੇ ਨਾਲ, ਬਟ ਆਪਣਾ ਚੈਨਲ ਇੱਕ ਇਹੋ ਜਿਹਾ ਜਿਹੜਾ ਕਿ ਤੁਹਾਨੂੰ ਐਡਵਾਂਸ ਦੇ ਵਿੱਚ ਹਰ ਜਾਣਕਾਰੀ ਦੇ ਦਿੰਦਾ ਹੈ। ਸੋ ਇਸੇ ਕਰਕੇ ਕਹਿੰਦਾ ਸਾਡੇ ਨਾਲ ਜੁੜੋ, ਹੋਰਾਂ ਦਾ ਮੈਨੂੰ ਪਤਾ ਨਹੀਂ ਤੁਹਾਨੂੰ ਕਿਹੋ ਜਿਹੀ ਗਾਈਡੈਂਸ ਦਿੰਦੇ ਆ, ਬਟ ਆਪਾਂ ਤੁਹਾਨੂੰ ਐਕੂਰੇਟ ਦੇ ਦਈ ਦੀ ਹੈ ਗਾਈਡੈਂਸ। ਹੁਣ ਤੁਹਾਡੇ ਸਾਹਮਣੇ ਮੈਂ ਕਿਹਾ ਸੀ ਪਹਿਲੇ ਹਫਤੇ ਤੱਕ ਤੁਹਾਨੂੰ ਇਨਫੋਰਮੇਸ਼ਨ ਆ ਜਾਣੀ ਹੈ ਮਾਰਚ ਦੇ ਕਾਂਸਟੇਬਲ ਦੀ, ਉਹ ਸੱਚੀ ਆ ਗਈ ਹੈ ਤੁਹਾਡੇ ਸਾਹਮਣੇ। ਤੁਸੀਂ ਜੇਕਰ ਨਹੀਂ ਵਿਸ਼ਵਾਸ ਕਰਦੇ ਪਿਛਲੀਆਂ ਵੀਡੀਓਜ਼ ਨੂੰ, ਜ਼ਰੂਰ ਵੇਖਿਓ ਜਾ ਕੇ, ਤੁਹਾਨੂੰ ਆਪੇ ਸਮਝ ਆ ਜਾਵੇਗੀ, ਠੀਕ ਹੈ ਜੀ, ਵੀ ਆਪਣਾ ਜਿਹੜਾ ਲੈਵਲ ਕਿੱਥੋਂ ਤੱਕ ਸੈੱਟ ਹੈ। ਯੂਟਿਊਬ ਜੇ ਅਗਰ ਚਲਾਉਂਦੇ ਆ ਕਿਸੇ ਕਾਰਨ ਵਜੋਂ ਹੀ ਚਲਾਉਂਦੇ ਆ, ਐਵੇਂ ਪਕਾਈਆਂ ਮਾਰਨ ਦੇ ਵਜੋਂ ਨਹੀਂ, ਠੀਕ ਹੈ ਜੀ? ਜਿਵੇਂ ਹੋਰ ਯੂਟਿਊਬ ਚੈਨਲ ਉੱਤੇ ਤੁਸੀਂ ਦੇਖੋ 10-10 ਵੀਡੀਓ ਕਾਂਸਟੇਬਲ ਦੀ ਪਾ ਦਿੱਤੀਆਂ ਤੇ ਆਪਣੇ ਮਹਾਪੈਕਸ ਵੇਚਣ ਲਈ, ਜਾਂ ਫਿਰ ਕਹਿਣ ਦਾ ਭਾਵ
ਆਪਣੇ ਇੰਸਟੀਟਿਊਟ ਦੀ ਜਿਹੜੀ ਹੈਗੀ ਹੈ ਵਾਹ ਵਾਹ ਕਰਾਉਣ ਲਈ, ਉਹ ਚੀਜ਼ਾਂ ਜਿਹੜੀਆਂ ਆਪਾਂ ਨੂੰ ਹਜ਼ਮ ਨਹੀਂ ਹੁੰਦੀਆਂ, ਕਿਉਂਕਿ ਨਾ ਆਪਣੇ ਕੋਲ ਇੰਸਟੀਟਿਊਟ ਹੈ ਨਾ ਆਪਾਂ ਕਿਸੇ ਬੱਚੇ ਨੂੰ ਧੋਖੇ ਵਿੱਚ ਲੈ ਕੇ ਜਾਣਾ ਹੈ, ਠੀਕ ਹੈ ਜੀ, ਕਿਉਂਕਿ ਆਪਾਂ ਨਹੀਂ ਚਾਹੁੰਦੇ ਕੋਈ ਬੱਚਾ ਜਿਹੜਾ ਹੈਗਾ ਆਪਣੀ ਐਜੂਕੇਸ਼ਨ ਖਰਾਬ ਕਰ ਸਕੇ। ਸੋ ਆਪਾਂ ਜੋ ਇਨਫੋਰਮੇਸ਼ਨ ਐਕੂਰੇਟ ਆਪਣੇ ਕੋਲ ਪਹੁੰਚਦੀ ਹੈ ਆਪਾਂ ਪਹੁੰਚਾ ਦਿੰਦੇ ਹਾਂ ਤੁਹਾਡੇ ਕੋਲ। ਸੋ ਮਿਲਦੇ ਆਪਾਂ ਅਗਲੀ ਵੀਡੀਓ 'ਚ, ਧੰਨਵਾਦ, ਤੇ ਮੇਰੇ ਵੱਲੋਂ ਸਾਰੇ ਹੀ ਭੈਣ ਭਰਾਵਾਂ ਨੂੰ ਜੈ ਹਿੰਦ।